मेरे पता नहीं यार कैसे हो। ਉਹ ਖੜੇ ਨੇ ਜੀ ਉਹਦਾ ਉਲਟਾ ਸਾਨੂੰ ਕਹਿੰਦਾ ਤੇਰਾ ਕਸੂਰ ਆ ਵੀ ਆ ਪੁਲ ਦੇ ਥੱਲੋਂ ਦੀ ਤਾਂ ਗੱਡੀ ਤੇਜ਼ ਨਿਕਲੇ ਨਹੀਂ ਸਕਦੀ ਇਸ ਤੇ ਆਰਾਮ ਨਾਲ ਆ ਰਹੇ ਆ ਫੇਰ ਵੀ ਲੈ ਕੇ ਉਧਰੋਂ ਲੈ ਕੇ ਵਿੱਚ ਮਾਰੀ ਸੋ ਭਈ ਅਸ਼ੋਕ ਦੀ ਗੱਡੀ ਆ ਗੱਡੀ ਜਸਵੀਰ ਸਿੰਘ ਆ ਜੀ ਜਸਵੀਰ ਕੀ ਗੱਲ ਹੋਈ ਹੈ ਤੁਸੀਂ ਕਿੱਥੋਂ ਆ ਰਹੇ ਤੇ ਕੀ ਪਉਰੇ ਮੈਂ ਮਾਜੀ ਪਿੰਡ ਤੋਂ ਜੀ ਠੋਕਣ ਲਾ ਰਿਹਾ ਸੀ ਜੀ ਮੈਂ ਇੱਥੋਂ ਗੱਡੀ ਹੌਲੀ ਕੀਤੀ ਹੈ ਠੀਕ ਹੈ ਜੀ ਉਹਦਾ ਮਿੰਡਾ ਪਤਾ ਨਹੀਂ ਲੱਗਾ ਵੀ ਇੱਕੋ ਲਾ ਤੇ ਸਪੀਡ ਨਾਲ ਇਧਰੋਂ ਆਇਆ ਜੀ ਉਹਨੇ ਆ ਕੇ ਆਪਣੀ ਗੱਡੀ ਦੇ ਮੂਹਰੇ ਕਰ ਦਿੱਤੀ ਗੱਡੀ ਮੂਰੇ ਕੋਲਾ ਤਾਂ ਹੀ ਕਰਤੀ ਜੀ ਕੋਲਾ ਸਪੀਡ ਨਾਲ ਜੀ ਮੈਂ ਤਾਂ ਹਲੇ ਆਰਾਮ ਨਾਲ ਆਏ ਮਰੇ ਰੋਡ ਬਣ ਕੇ ਖੜਾ ਕੇ ਰੋਡ ਤੇ ਚੜਾਈ ਰਿਆ ਸੀਗਾ ਤੇ ਹੁਣ ਆਪਣੀ ਗੱਡੀ ਦਾ ਕਿੰਨਾ ਨੁਕਸਾਨ ਹੋ ਗਿਆ ਆ ਤੁਹਾਡੇ ਸਾਹਮਣੇ ਹੀ ਨਿਸ਼ਾਨ ਦੇਖੋ ਸਾਰੀ ਭੰਨੀ ਗਈ ਆ ਸਾਹਮਣੇ ਭੰਨੀ ਗਈ ਇਹਦੀ ਰਫਤਾਰ ਬਹੁਤ ਤੇਜ਼ ਸੀ ਜੀ ਹੋਰ ਜੀ ਤਾਂ ਹੀ ਇੰਨੀ ਲੱਗੇ ਗੱਡੀ ਜੇ ਸੌੜੀ ਹੁੰਦੀ ਕਦੋਂ ਲੱਗਦੀ ਨਹੀਂ